ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਲਾਈਵ ਦਰਸ਼ਨ ਕੀਤੇ, ਆਨੰਦ ਮਾਣਿਆ, ਕੀਰਤਨ ਦਾ ਸਿੱਧਾ ਪ੍ਰਸਾਰਣ ਆ ਰਿਹਾ ਸੀਗਾ ਮੈਨਚੈਸਟਰ ਗੁਰਮਤਿ ਸਮਾਗਮ ਤੋਂ, ਜਿਹੜਾ ਕਿ 8 ਅਗਸਤ ਤੋਂ 11 ਅਗਸਤ ਲਾਈਵ ਸਿੱਖ ਚੈਨਲ 'ਤੇ ਬ੍ਰੋਡਕਾਸਟ ਕੀਤਾ ਗਿਆ। ਅਤੇ ਇੰਨਾ ਵਿਸ਼ਾਲ ਮਹਾਨ ਸਮਾਗਮ ਇੰਨੇ ਵੱਡੇ ਪੱਧਰ 'ਤੇ ਹੋਇਆ, ਤੁਸੀਂ ਇੰਨੇ ਕੀਰਤਨੀਆਂ ਦੇ ਆਨੰਦਮਈ ਕੀਰਤਨ ਜਿਹੜਾ ਸੁਣਿਆ, ਸਰਵਣ ਕੀਤਾ ਸਿੱਖ ਚੈਨਲ ਰਾਹੀਂ, ਅਤੇ ਜਿੰਨੇ ਵੀ ਪ੍ਰਬੰਧਕ ਕਮੇਟੀ ਹੈਗੀ ਆ ਸਮਾਗਮ ਦੀ, ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਉਹਨਾਂ ਨੂੰ ਅਸੀਂ ਬਹੁਤ ਵਧਾਈ ਦੇਣਾ ਚਾਹੂੰਗੇ ਕਿ ਉਹਨਾਂ ਦਾ ਉਪਰਾਲਾ ਜਿਹੜਾ ਆ ਇੰਨਾ ਸਫਲਤਾਪੂਰਵਕ ਹੋਇਆ। ਅਤੇ ਮੈਨਚੈਸਟਰ ਦੀ ਸਾਰੀ ਸੰਗਤ ਨੂੰ ਵੀ ਕਾਫੀ ਹੱਲਾਸ਼ੇਰੀ ਜਾਂਦੀ ਆ ਕਿ ਉਹਨਾਂ ਨੇ ਸਮਾਗਮਾਂ ਦੇ ਵਿੱਚ ਹਾਜ਼ਰੀ ਪਾ ਕੇ ਬਹੁਤ ਜ਼ਿਆਦਾ ਜਿਹੜੀ ਆ ਰੌਣਕ ਉੱਥੇ ਵਧਾਈ। ਚਾਰੋ ਦਿਨ 8 ਅਗਸਤ ਤੋਂ ਲੈ ਕੇ 11 ਅਗਸਤ ਤੱਕ ਚਾਰੋ ਹੀ ਦਿਨ ਬਹੁਤ ਸੋਹਣੀ ਤਰੀਕੇ ਨਾਲ ਸੰਗਤ ਨੇ ਆ ਕੇ ਉੱਥੇ ਹਾਜ਼ਰੀ ਲਾਈ ਹੈਗੀ ਆ। ਅਤੇ ਆਫਕੋਰਸ ਧੰਨਵਾਦ ਹੈਗਾ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਉਹਨਾਂ ਦੀ ਅਪਾਰ ਕਿਰਪਾ ਦੇ ਨਾਲ ਸਾਰਾ ਪ੍ਰੋਗਰਾਮ ਜਿਹੜਾ ਆ ਇੰਨੀ ਸੋਹਣੀ ਤਰੀਕੇ ਨਾਲ ਹੋ ਗਿਆ। ਅਤੇ ਇਹ ਪ੍ਰੋਗਰਾਮ ਵੀ ਅਸੀਂ ਸਮਾਗਮ ਦੇ ਵੇਲੇ ਹੀ ਜਿਹੜਾ ਆ ਰਿਕਾਰਡ ਕਰ ਰਹੇ ਹੈਗੇ ਹਾਂ ਕਿ ਜਿੱਥੇ ਅਸੀਂ ਤੁਹਾਨੂੰ ਵਿਚਾਰ ਸੁਣਾਵਾਂਗੇ ਇੱਥੇ ਦੀ ਸੰਗਤ ਦੇ, ਪ੍ਰਬੰਧਕਾਂ ਦੇ, ਜਿੰਨੇ ਵੀ ਲੋਕਾਂ ਨੇ ਇੱਥੇ ਹਾਜ਼ਰੀ ਪਾਈ ਹੈ ਉਹਨਾਂ ਦੇ ਵਿਚਾਰ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ, ਤਾਂ ਕਿ ਤੁਸੀਂ ਇੱਥੇ ਕੀਰਤਨ ਜਿਹੜਾ ਆ ਉਹਨਾਂ ਦਾ ਤਾਂ ਆਨੰਦ ਮਾਣ ਹੀ ਸਕੋ, ਅਤੇ ਨਾਲ ਨਾਲ ਜਿਹੜੀ ਸੰਗਤ ਆ ਕੇ ਇੱਥੇ ਮੱਥਾ ਟੇਕ ਰਹੀ ਹੈ, ਜਿਹੜੇ ਬੱਚਿਆਂ ਦੀ ਇੱਥੇ ਇਨਵੋਲਵਮੈਂਟ ਹੈਗੀ ਹੈ, ਜਿਹੜੇ ਬਜ਼ੁਰਗ ਸਿਆਣੇ ਜਿਹੜੇ ਨੇ ਆ ਰਹੇ ਨੇ, ਸਾਰੀ ਸੰਗਤ ਸੇਵਾਦਾਰ ਵੋਲੰਟੀਅਰਸ, ਉਹਨਾਂ ਵੀ ਤਾਂ ਉਹਨਾਂ ਦੇ ਵੀ ਤੁਹਾਨੂੰ ਜਿਹੜੇ ਆ ਆਪਾਂ ਵਿਚਾਰ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ ਆਓ ਅੰਦਰ ਚੱਲਦੇ ਹਾਂ ਮੈਨਚੈਸਟਰ ਸਮਾਗਮ ਦੇ ਪੰਡਾਲ ਦੇ, ਤੁਹਾਨੂੰ ਦਿਖਾਉਂਦੇ ਹਾਂ ਸਾਰਾ ਹੀ ਅੰਦਰ ਦਾ ਨਜ਼ਾਰਾ ਜੀ। ਪ੍ਰਸ਼ਾਦਿਆਂ ਦੇ ਵਿੱਚ ਸੇਵਾ ਕਰ ਰਹੀਆਂ ਨੇ ਬੀਬੀਆਂ, ਅਤੇ ਇੱਥੇ ਪ੍ਰਸ਼ਾਦੇ ਸੈਕਿੰਡ ਦੀ ਸੇਵਾ ਜਿਹੜੀ ਆ ਉਹ ਚੱਲ ਰਹੀ ਆ। ਸਤਸੰਗ ਜੀ, ਦਿਸ ਇਜ਼ ਦਾ ਕਿਚਨ ਮੈਨਚੈਸਟਰ ਗੁਰਮਤਿ ਸਮਾਗਮ 2024। ਇਸ ਵੇਲੇ ਅਸੀਂ ਕਿਚਨ ਦੇ ਵਿੱਚ ਹੈਗੇ ਹਾਂ ਸਤਸੰਗ ਜੀ, ਜਿੱਥੇ ਕਿ ਬੇਸ਼ੁਮਾਰ ਸੇਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ। ਹਮ ਬੈਠੇ ਤੁਮ ਦੇ ਹੋ ਅਸੀਸਾ, ਹਮ ਬੈਠੇ ਤੁਮ ਦੇ ਹੋ ਅਸੀਸਾ, ਤੁਮ ਰਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜੀ ਇੰਡੀਆ ਤੋਂ ਸੰਗਤ ਬਣ ਕੇ ਆਏ ਨੇ ਮੈਨਚੈਸਟਰ ਸਮਾਗਮ ਦੇ ਵਿੱਚ, ਅੱਜ ਤੁਹਾਡੀ ਤੁਸੀਂ ਹਾਜ਼ਰੀ ਪਾ ਰਹੇ ਹਾਂ, ਕਿੱਦਾਂ ਮਹਿਸੂਸ ਹੋ ਰਿਹਾ ਕਿ ਬਿਲਕੁਲ ਇੰਡੀਆ ਵਰਗਾ ਮਾਹੌਲ? ਬਹੁਤ ਬਹੁਤ ਵਧੀਆ ਲੱਗ ਰਿਹਾ। ਮੈਂ ਅੰਮ੍ਰਿਤਸਰ ਜ਼ਿਲ੍ਹਾ ਬਾਬਾ ਬਕਾਲਾ ਸਾਹਿਬ ਤੋਂ ਮੈਂ ਆਇਆ ਹੋਇਆ ਵਾਂ। ਹਾਂਜੀ ਹਾਂਜੀ, ਅਜੇ 10-15 ਦਿਨ ਹੀ ਹੋਏ ਆ, ਅਤੇ ਬਹੁਤ ਵਧੀਆ ਲੱਗ ਰਿਹਾ ਯੂਕੇ ਦਾ ਜਿਹੜਾ ਮੈਨਚੈਸਟਰ ਦਾ ਸਮਾਗਮ ਆ, ਬਹੁਤ ਵਧੀਆ ਲੱਗ ਰਿਹਾ ਸਾਨੂੰ। ਅਤੇ ਬਿਲਕੁਲ ਇੰਡੀਆ ਵਰਗਾ ਮਾਹੌਲ ਇੱਥੇ ਦੇਖਣ ਨੂੰ ਮਿਲ ਸਕਦਾ ਕਿ ਲੱਗਦਾ ਹੀ ਨਹੀਂ ਕਿ ਅਸੀਂ ਕਿਤੇ ਪਰਾਏ ਮੁਲਕ ਦੇ ਵਿੱਚ ਖੜੇ। ਹਾਂਜੀ 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 ਹਾਂਜੀ, ਬਹੁਤ ਹੀ ਵਧੀਆ ਲੱਗ ਰਿਹਾ, ਐਂ ਲੱਗ ਰਿਹਾ ਜਿਸ ਤਰ੍ਹਾਂ ਪੰਜਾਬ 'ਚ ਹੀ ਆ, ਪੰਜਾਬ 'ਚ ਹੀ ਆ, ਸਾਰੇ ਪੰਜਾਬੀ ਭਰਾ ਹੀ ਮਿਲਣ ਡੇ, ਅਤੇ ਬਹੁਤ ਵਧੀਆ ਲੱਗ ਰਿਹਾ। ਅਤੇ ਇੰਨੇ ਸੰਗਤਾਂ ਦੇ ਭਾਗ ਖੁੱਲ੍ਹੇ ਨੇ ਕਿ
ਪੰਜ ਪਿਆਰੇ ਸਾਹਿਬਾਨ ਜਿਹੜੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਏ ਨੇ, ਅਕਾਲ ਤਖਤ ਦੇ ਜਥੇਦਾਰ ਰਘਬੀਰ ਸਿੰਘ ਜੀ ਉਹਨਾਂ ਨੇ ਵੀ ਹਾਜ਼ਰੀ ਪਾਈ ਹੈਗੀ ਆ, ਅਤੇ ਸੰਗਤਾਂ ਨੂੰ ਇੰਨੀ ਨੇੜੇ ਤੋਂ ਇਹਨਾਂ ਦੇ ਦਰਸ਼ਨ ਹੋ ਰਹੇ ਨੇ, ਅਤੇ ਇਹ ਵੀ ਬਹੁਤ ਭਾਗ ਵਾਲੀ ਗੱਲ। ਹਾਂਜੀ 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 ਹਾਂਜੀ, ਮੈਂ ਪਹਿਲੇ ਦਿਨ ਤੋਂ ਕੱਲ੍ਹ ਤੋਂ ਹੀ ਮੈਂ ਦੇਖ ਰਿਹਾ ਕਿ ਬਹੁਤ ਉਤਸ਼ਾਹ, ਮਾਨਚੈਸਟਰ ਦੀ ਸੰਗਤ ਇੰਨੇ ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਏ, ਬਹੁਤ ਹੀ ਵਧੀਆ ਹੈਲੀਕਾਪਟਰ 'ਤੇ ਪਹਿਲਾਂ ਅਤੇ ਫਿਰ ਇੱਥੋਂ ਵੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਲੈ ਕੇ ਆਏ, ਬਹੁਤ ਹੀ ਵਧੀਆ ਲੱਗਾ। ਅਤੇ ਮਾਨਚੈਸਟਰ ਦੀ ਸੰਗਤ ਬਹੁਤ ਪਿਆਰ ਆ, ਇੰਨਾ ਪਿਆਰ ਗੁਰੂ ਸਾਹਿਬ ਦੇ ਨਾਲ ਕਿ ਬਹੁਤ ਹੀ ਵਧੀਆ ਲੱਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲਿਆਂ ਨੂੰ ਮਿਲਦੀ ਹੈ ਇਹ ਸੇਵਾ, ਜਿੱਥੇ ਮਹਾਰਾਜ ਦੀ ਦੇਗ ਦੀ ਸੇਵਾ ਜਿਹੜੀ ਆ ਕਿਚਨ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ, ਸਤਸੰਗ ਜੀ ਮੈਨਚੈਸਟਰ ਸਮਾਗਮ, ਅਤੇ ਬੀਬੀਆਂ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੀਆਂ ਨੇ, ਬੀਬੀਆਂ ਦੀ ਭਾਗ ਲੱਗੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੇਖ ਸਕਦੀ ਹਾਂ ਭੈਣ ਜੀ ਕਿ ਤੁਹਾਡੇ ਹੱਥ 'ਤੇ ਸੱਟ ਲੱਗੀ ਆ, ਅਤੇ ਫਿਰ ਵੀ ਤੁਸੀਂ ਪ੍ਰਸ਼ਾਦਿਆਂ ਦੀ ਸੇਵਾ ਕਰ ਰਹੇ ਹਾਂ। ਬਸ ਜੀ, ਇਹ ਤਾਂ ਬਾਬਾ ਜੀ ਦੀ ਮਿਹਰ ਦੇ ਨਾਲ ਦੁੱਖ ਤਕਲੀਫ ਜਿਹੜਾ ਆਇਆ ਤਾਂ ਚਲੋ ਵੀ ਜਾ, ਪਤਾ ਨਹੀਂ ਕਿੰਨਾ ਕੁ ਦੁੱਖ ਸੀਗਾ ਜਿਹੜਾ ਕਿ ਛੋਟੀ ਜਿਹੀ ਚੀਜ਼ ਦੇ ਨਾਲ ਖਤਮ ਹੋ ਗਿਆ, ਪਰ ਸਾਰੀ ਸੰਗਤ ਦਾ ਉਤਸ਼ਾਹ ਦੇਖਦੇ ਹੋਏ ਇਹ ਚੀਜ਼ ਦਾ ਕੋਈ ਮਹਿਸੂਸ ਨਹੀਂ ਹੋ ਰਿਹਾ। ਬਾਕੀ ਸਿੱਖ ਚੈਨਲ ਚੱਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਦੇ ਮਾਧਿਅਮ ਦੇ ਨਾਲ ਪੂਰੇ ਸਿੱਖ ਜਗਤ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਆ ਜਾਂ ਅਸੀਂ ਦੇਖਦੇ ਆ ਰਹੇ ਹਾਂ, ਜਿਹੜੀਆਂ ਚੀਜ਼ਾਂ ਅਸੀਂ ਮਿਸ ਕਰਦੇ ਸੀ ਇੰਡੀਆ ਦੇ ਵਿੱਚ ਹੁਣ ਸਾਨੂੰ ਦੇਖਣ ਨੂੰ ਮਿਲਦੀਆਂ। ਜਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ, ਭੈਣਾਂ ਦਾ, ਹੈ ਬਾਕੀ ਅਸੀਂ ਅਰਦਾਸ ਕਰਦੇ ਬਾਬਾ ਜੀ ਸਿੱਖ ਚੈਨਲ ਵਾਲਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਅਸੀਂ ਵੀ ਅਰਦਾਸ ਕਰਦੇ ਮੈਨਚੈਸਟਰ ਦੀ ਸੰਗਤ ਦੀ ਸੇਵਾ ਜਿਹੜੀ ਆ ਨੇਪਰੇ ਚੜ੍ਹੇ, ਕਿ ਇੰਨਾ ਸੋਹਣਾ ਸਮਾਗਮ, ਚਾਰ ਦਿਨ ਦਾ ਸਮਾਗਮ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਦਿਖਾਇਆ ਜਾ ਰਿਹਾ, ਕਿੱਥੇ ਕਿੰਨੀ ਸ਼ਾਨ ਨਾਲ ਮਹਾਰਾਜ ਦੀ ਸਵਾਰੀ ਜਿਹੜੀ ਆ ਹੈਲੀਕਾਪਟਰ ਦੇ ਵਿੱਚ ਆਈ, ਇਹ ਮੈਨਚੈਸਟਰ ਦੀ ਸੰਗਤ ਹੀ ਕਰ ਸਕਦੀ ਸੀਗੀ। ਨਾ ਜੀ ਨਾ, ਮੈਨਚੈਸਟਰ ਸੰਗਤ ਨਹੀਂ, ਇਹ ਬਾਬਾ ਜੀ ਦੀ ਅਪਾਰ ਬਾਬਾ ਜੀ ਦੀ ਕਿਰਪਾ ਹੈ। ਅਸੀਂ ਸਾਡਾ ਵੀ ਇੱਕ ਸੁਪਨਾ ਜਿਹਾ ਹੀ ਸੀਗਾ ਜਦੋਂ ਇਹਨਾਂ ਨੇ ਸਾਨੂੰ ਦੱਸਿਆ ਨਾ, ਅਸੀਂ ਇਸ ਨੂੰ ਦੇਖਣ ਲਈ ਤਰਸ ਗਏ ਸੀਗੇ ਕਿ ਚਲੋ ਨਜ਼ਾਰਾ ਅਸੀਂ ਵੀ ਦੇਖੀਏ। ਸਾਡੇ ਲਈ ਵੀ ਪਹਿਲੀ ਵਾਰ ਹੀ ਸੀਗਾ, ਆਏ ਸਾਲ ਨਗਰ ਕੀਰਤਨ ਵੀ ਹੁੰਦਾ ਹੈ, ਸਮਾਗਮ ਵੀ ਹੁੰਦਾ ਹੈ, ਪਰ ਇਸ ਵਾਰ ਦਾ ਸਮਾਗਮ ਜਿਹੜਾ ਥੋੜ੍ਹਾ ਜਿਹਾ ਵੱਖਰਾ ਹੈ। ਜਿਹੜਾ ਉਸ ਦਿਨ ਸਵੇਰ ਦਾ ਨਜ਼ਾਰਾ ਸੀਗਾ ਬਾਬਾ ਜੀ ਨੂੰ ਲਿਆਉਣਾ ਪੰਜ ਪਿਆਰਿਆਂ ਦੇ ਨਾਲ, ਅਤੇ ਪੂਰੀ ਸੰਗਤ ਵੀ ਪੂਰੇ ਉਤਸ਼ਾਹ ਦੇ ਨਾਲ ਉਤਰੀ ਸੀਗੀ ਉਸ ਦਿਨ, ਬੱਚੇ ਵੀ ਸਾਰੇ, ਬੜਾ ਨਜ਼ਾਰਾ ਸੀਗਾ ਉਸ ਦੇਖਣ ਦਾ, ਬਹੁਤ ਨਾਈਸ ਲੱਗਿਆ ਸਾਨੂੰ। ਬਾਬਾ ਜੀ ਅਸੀਂ ਕਹਿੰਦੇ ਹਾਂ ਵੀਰਾਂ ਨੂੰ, ਭੈਣਾਂ ਨੂੰ, ਜਿਨ੍ਹਾਂ ਨੇ ਇਸ ਸਮਾਗਮ ਵਾਸਤੇ ਇੰਨੀ ਮਿਹਨਤ ਕੀਤੀ, ਬਾਬਾ ਜੀ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਆਏ ਸਾਲੋ ਕਰਨ ਸਾਡੇ ਲਈ। ਇਹ ਅਸੀਂ ਵੀ ਇਹਨਾਂ ਵਾਸਤੇ ਹੀ ਅਰਦਾਸ ਕਰਦੇ ਨੇ, ਤੁਹਾਡੇ ਲਈ ਅਰਦਾਸ ਕਰਨੀ ਹੈ ਕਿ ਤੁਸੀਂ ਆਏ ਸਾਲ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਆ ਰਹੇ। ਬਿਲਕੁਲ, ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਹਰ ਸਾਲ ਜਿਹੜੀ ਆ ਮਹਾਰਾਜ ਸਾਨੂੰ ਸਮਰੱਥਾ ਜਿਹੜੀ ਆ ਬਖਸ਼ਦੇ ਰਹਿਣ, ਕਿ ਅਸੀਂ ਵੱਡੇ ਤੋਂ ਵੱਡੇ ਪੱਧਰ 'ਤੇ ਸਮਾਗਮ ਕਰਾਈਏ ਤਾਂ ਕਿ ਸਾਰੀ ਦੁਨੀਆ ਦੇਖੇ, ਪ੍ਰਚਾਰ ਹੋਵੇ। ਬਾਬਾ ਜੀ ਸਾਨੂੰ ਸਿੱਖੀ ਦੇ ਨਾਲ ਜੋੜੀ ਰੱਖਣ। ਹੁਣ ਜਿਹੜੀ ਨਿਊ ਜਨਰੇਸ਼ਨ ਹੈ, ਬੱਚੇ ਦੇਖਦੇ ਆ ਨਾ, ਦੇਖਦੇ ਆ ਫਿਰ ਉਹ ਸਿੱਖਦੇ ਹੈ, ਹੋਰ ਹੌਲੀ ਹੌਲੀ ਇਸੇ ਤਰ੍ਹਾਂ ਹੀ ਹੈ ਕਿ ਸਾਡੀ ਸਿੱਖੀ ਅੱਗੇ ਤੁਰੇ, ਸਭ ਤੋਂ ਵੱਡੀ ਇਹੀ ਗੱਲ ਹੈ। ਬਾਬਾ ਜੀ ਅੱਗੇ ਅਰਦਾਸ ਕਰਦੇ ਵਾਹਿਗੁਰੂ ਹਰ ਪਰਿਵਾਰ ਵਿੱਚ ਬੱਚਿਆਂ ਨੂੰ ਬਾਬਾ ਜੀ ਸਮਤ ਬੱਚੇ ਸਿੱਖੀ ਦੇ ਨਾਲ ਜੋੜੀ ਰੱਖੇ, ਅਸੀਂ ਖੁਸ਼ੀ ਖੁਸ਼ ਹਾਂ। ਥੈਂਕ ਯੂ ਸੋ ਮਚ ਭੈਣ ਜੀ, ਥੈਂਕ ਯੂ ਵਾਹਿਗੁਰੂ ਜੀ ਖਾਲਸਾ, ਧੰਨਵਾਦ ਜੀ। ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਬਖਸ਼ੇ, ਸਿੱਖ ਚੈਨਲ ਵਾਲਿਆਂ ਨੂੰ, ਵੀਰਾਂ ਨੂੰ, ਭੈਣਾਂ ਨੂੰ, ਸਭ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।
ਰਾਜਨ ਕੇ ਈਸਾ ਤੁਮ ਰਾਜਾ ਰਾਜਨ ਕੇ ਈਸਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਤੁਮ ਦੇ ਹੋ ਅਸੀਸਾ ਤੁਮ ਦੇ ਹੋ ਅਸੀਸਾ ਹਮ ਬੈਠੇ ਤੁਮ ਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਦੂਜੇ ਦਿਨ ਮੰਚ ਇਸ ਸਮਾਗਮ ਵਿੱਚ ਪੁੱਜੇ ਹਾਂ ਬੜੀਆਂ ਰੌਣਕਾਂ ਲੱਗੀਆਂ ਹਨ ਸਾਡੇ ਨਾਲ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਨਾਲ ਹਨ ਨਾਲ ਪੰਜ ਪਿਆਰੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੀਂ ਪੰਜ ਪਿਆਰੇ ਦੇ ਨਾਲ ਗੱਲ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਇੱਥੇ ਯੂਕੇ ਦਾ ਮਾਹੌਲ ਤੁਹਾਨੂੰ ਕਿੱਦਾਂ ਲੱਗਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਿੱਖ ਚੈਨਲ 'ਤੇ ਲਾਈਵ ਚੱਲ ਰਹੇ ਹੋ ਸਿੱਖ ਚੈਨਲ ਦੀਆਂ ਸੰਗਤਾਂ ਪੁੱਛ ਰਹੀਆਂ ਨੇ ਤੁਹਾਨੂੰ ਯੂਕੇ ਦਾ ਮਾਹੌਲ ਕਿੱਦਾਂ ਲੱਗਾ ਤੁਸੀਂ ਜਿਹੜਾ ਦੋ ਮਿੰਟ ਬੋਲੋ ਗੁਰੂ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਸਮਾਗਮ ਚਾਰ ਰੋਜ਼ਾ ਸਮਾਗਮ ਪ੍ਰਬੰਧਕ ਵੱਲੋਂ ਉਲੀਕਿਆ ਗਿਆ ਹੈ ਇਸ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਦਾ ਪੂਰਾ ਪ੍ਰਵਾਹ ਚੱਲ ਰਿਹਾ ਹੈ ਸੋ ਸਮੁੱਚੀਆਂ ਸੰਗਤਾਂ ਨੂੰ ਜੋ ਦੂਰ ਦੁਰੇਡੇ ਸੰਗਤਾਂ ਬੈਠੇ ਨੇ ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲ ਕਰਨ ਲਈ ਜੀ ਖੰਡੇ ਵੱਟ ਦੀ ਪਹੁਲ ਲੈ ਕੇ ਸਤਿਗੁਰਾਂ ਦੇ ਪੁੱਤਰ ਧੀਆਂ ਬਣ ਕੇ ਗੁਰੂ ਦੇ ਸਿਮਰਨ ਬੰਦਗੀ ਦੇ ਨਾਲ ਜੁੜ ਕੇ ਆਪਣੇ ਜੀਵਨ ਸਫਲ ਕਰਕੇ ਆਪਣੇ ਜੀਵਨ ਸਫਲ ਬਣਾ ਕਰੀਏ ਅਤੇ ਬਹੁਤ ਬਹੁਤ ਧੰਨਵਾਦ ਹੈ ਸਮੁੱਚੀ ਟੀਮ ਦਾ ਜਿਹਨੇ ਇੱਡਾ ਵੱਡਾ ਉੱਦਮ ਕਰਕੇ ਇਹ ਸਮਾਗਮ ਜੋ ਰਚਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਿੱਖ ਚੈਨਲ 'ਤੇ ਲਾਈਵ ਹੋ ਸੰਗਤਾਂ ਪੁੱਛ ਰਹੀਆਂ ਨੇ ਆਪ ਜੀ ਨੂੰ ਕਿਸ ਤਰ੍ਹਾਂ ਯੂਕੇ ਦਾ ਮਾਹੌਲ ਲੱਗਾ ਹੈ ਆਪ ਜੀ ਜਿਹੜਾ ਦੋ ਮਿੰਟ ਸੰਗਤਾਂ ਦੇ ਰੂਬਰੂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਨਾਲ ਯੂਕੇ ਦੀ ਧਰਤੀ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗ੍ਰੰਥੀ ਸਿੰਘ ਸਾਹਿਬਾਨ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਗੁਰਮਤਿ ਸਮਾਗਮ ਦੇ ਅੰਦਰ ਪਹੁੰਚੇ ਨੇ ਜੋ ਮਾਨਚੈਸਟਰ ਦੀ ਧਰਤੀ 'ਤੇ ਪੰਜਵਾਂ ਇਹ ਗੁਰਮਤਿ ਸਮਾਗਮ ਹੋ ਰਿਹਾ ਹੈ ਇਹ ਚਾਰ ਰੋਜ਼ਾ ਗੁਰਮਤਿ ਸਮਾਗਮ ਦਾ ਅੱਜ ਦੂਸਰਾ ਦਿਨ ਹੈ ਜਿਸ ਦੇ ਵਿੱਚ ਪੰਥ ਪ੍ਰਸਿੱਧ ਰਾਗੀ ਜਿੱਥੇ ਹਾਜ਼ਰੀਆਂ ਭਰ ਕੇ ਔਰ ਗੁਰੂ ਕੀਆਂ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜ ਰਹੀਆਂ ਨੇ ਉੱਥੇ ਹੀ 11 ਤਰੀਕ ਨੂੰ ਇਸ ਸਥਾਨ 'ਤੇ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ ਸਮੁੱਚੀਆਂ ਸਿੱਖ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਵਡਭਾਗੀ ਨੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਆਓ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਖਾਲਸਾ ਪੰਥ ਦੇ ਵੱਡੇ ਪਰਿਵਾਰ ਦੇ ਮੈਂਬਰ ਬਣੀਏ ਆਪਣੇ ਜੀਵਨ ਨੂੰ ਰੁਸ਼ਨਾਈਏ ਔਰ ਇਸ ਯੂਕੇ ਦੀ ਧਰਤੀ 'ਤੇ ਜੋ ਪੰਜ ਪਿਆਰੇ ਸਾਹਿਬਾਨ ਪਹੁੰਚੇ ਨੇ ਇੱਥੋਂ ਦੀਆਂ ਸੰਗਤਾਂ ਨੇ ਅਥਾਹ ਪਿਆਰ ਬਖਸ਼ਿਸ਼ ਕੀਤਾ ਹੈ ਔਰ ਸਤਿਗੁਰੂ ਕਿਰਪਾ ਕਰਨ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਸਾਰਾ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਹਾਂਜੀ ਹਾਂਜੀ ਸਾਧ ਸਿੰਘ ਜੀਓ
ਜਿੱਥੇ ਅੱਜ ਦੂਸਰਾ ਦਿਨ ਸਲਾਨਾ ਸਮਾਗਮ ਦਾ, ਖੁਸ਼ੀ ਇਸ ਗੱਲ ਦੀ ਹੈ ਪੰਜ ਪਿਆਰੇ ਔਰ ਸਭ ਤੋਂ ਵੱਡੀ ਗੱਲ ਤਖ਼ਤ ਦੇ ਜਥੇਦਾਰ ਆਏ ਹੁਣ, ਗੁਰੂ ਕੇ ਕੀਰਤਨੀ ਆਏ ਹੁਣ, ਇੰਨੀਆਂ ਸੰਗਤਾਂ ਆਈਆਂ ਹੋਣ ਅਤੇ ਖੁਸ਼ੀ ਆਪੇ ਬਣਦੀ ਆ, ਔਰ ਇੰਨਾ ਵਧੀਆ ਕੀਰਤਨ ਚੱਲ ਰਿਹਾ, ਆਨੰਦ ਆ ਰਿਹਾ। ਇਸ ਕਰਕੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਜਿਹੜੀ ਦੂਰ ਨੇੜੇ ਬੈਠੀ ਹੈ, ਕੱਲ੍ਹ ਦਾ ਦਿਨ ਵੀ ਧੁੱਪ ਵੀ ਬੜੀ ਆ, ਪਰਸੋਂ ਦਾ ਦਿਨ ਬੜਾ ਨਾਈਸ ਵੈਦਰ ਆ, ਅਤੇ ਤੁਸੀਂ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਆਓ, ਵੈਲਕਮ ਕਰਾਂਗੇ ਤੁਹਾਨੂੰ, ਜੀਆਂ ਆਖਾਂਗੇ। ਲੀਡਸ ਹੈ, ਹਰ ਸਵੀਟ ਹੈ, ਸਟੋਕ ਐਂਟਰੈਂਟ ਹੈ, ਵਰਿੰਗਟਨ ਹੈ, ਸਾਡੇ ਨਾਲ ਲਾਗੇ ਲਾਗੇ ਪ੍ਰੈਸਟਨ, ਅਤੇ ਜੀ ਆਇਆਂ ਨੂੰ ਸਾਡੀ ਬੇਨਤੀ ਹੈ ਇੱਥੇ ਹੀ ਪ੍ਰਵਾਨ ਕਰਨੀ। ਇਸ ਵੇਲੇ ਆਪਣੇ ਆਨੰਦਪੁਰ ਸਾਹਿਬ ਦੇ ਜੋ ਪੰਜ ਪਿਆਰੇ ਸਾਹਿਬਾਨ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਗਿਆਨੀ ਬਲਜੀਤ ਸਿੰਘ ਪਹੁੰਚੇ ਨੇ, ਸਾਰਿਆਂ ਨੂੰ ਜੀ ਆਇਆਂ। ਸਿੱਖ ਚੈਨਲ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਵਧਾਈ ਹੋਏ ਕਿ ਤੁਹਾਡੇ ਸ਼ਹਿਰ ਇੰਨਾ ਵੱਡਾ ਸਮਾਗਮ, ਇੰਨਾ ਵੱਡਾ ਉਪਰਾਲਾ ਹੋ ਰਿਹਾ, ਅਤੇ ਲੱਖਾਂ ਤਾਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਆਈਆਂ ਨੇ, ਅਤੇ ਤੁਸੀਂ ਸੇਵਾ ਕਰ ਰਹੇ ਹਾਂ, ਤੁਹਾਡੇ ਸ਼ਹਿਰ ਨੂੰ ਅੱਜ ਭਾਗ ਲੱਗੇ ਨੇ, ਬਹੁਤ ਬਹੁਤ ਵਧਾਈਆਂ। ਸਭ ਸਾਰੀ ਸੰਗਤਾਂ ਨੂੰ ਵਧਾਈਆਂ ਹੋਣ ਜੀ। ਹਰ ਸਾਲ ਦੀ ਜਗ੍ਹਾ ਪਿਛਲੇ ਸਾਲ ਵੀ ਵੱਡਾ ਪ੍ਰੋਗਰਾਮ ਹੋਇਆ ਸੀ ਮੰਚੈਸਟਰ 'ਚ, ਐਤਕੀ ਵੀ ਬਹੁਤ ਵੱਡਾ ਪ੍ਰੋਗਰਾਮ ਹੋਇਆ, ਇਹ ਹਰ ਸਾਲ ਅਸੀਂ ਸੇਵਾ ਕਰਦੇ ਰਹਾਂਗੇ। ਹਾਂਜੀ, ਮਹਾਰਾਜ ਕਿਰਪਾ, ਮਹਾਰਾਜ ਕਿਰਪਾ ਕਿ ਇਸ ਤੋਂ ਵੱਡੇ ਵੱਡੇ ਸਮਾਗਮ ਜਿਹੜੇ ਆ ਹੁੰਦੇ ਰਹਿਣ, ਹਰ ਸਾਲ ਜਿਹੜਾ ਪੱਧਰ ਆ ਵੱਧਦਾ ਰਹੇ, ਤਾਂ ਕਿ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਦੂਸਰੀ ਕਮਿਊਨਿਟੀ ਤੋਂ ਵੀ ਕਾਫੀ ਲੋਕ ਆ ਕੇ ਜਿਹੜਾ ਆ ਮੱਥਾ ਟੇਕ ਰਹੇ ਨੇ, ਪਾਠ ਬਣ ਰਹੇ ਨੇ, ਅਤੇ ਪ੍ਰਚਾਰ ਹੁੰਦਾ ਆ, ਹੈ ਨਾ ਜੀ? ਇਹ ਪ੍ਰਚਾਰ ਹੋ ਰਿਹਾ, ਜਿੱਦਾਂ ਕਿ ਗੋਰੇ ਵੀ ਇੱਥੋਂ ਆਪਣੇ ਬਹੁਤ ਆ ਰਹੇ, ਇੱਥੇ ਦੇ ਬਹੁਤ, ਉਹਨਾਂ ਨੂੰ ਸਮਝਾਈਦਾ ਦੱਸੀਦਾ ਕਿ ਇੱਦਾਂ ਆਪਣੇ ਗੁਰੂ ਸੀ ਸਾਡੇ, ਇੱਦਾਂ ਸਾਰਿਆਂ ਨੂੰ ਜੀ। ਚਲੋ, ਤੁਹਾਡੀ ਸੇਵਾ ਜਿਹੜੀ ਆ ਉਹ ਨੇਪਰੇ ਚੜੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਧ ਸੰਗਤ ਜੀ, ਤੁਸੀਂ ਦੇਖ ਸਕਦੇ ਹਾਂ ਕਿ ਇੱਥੇ ਕਿਚਨ ਆ, ਇੱਥੇ ਹੀ ਸਬਜ਼ੀਆਂ ਦੀ ਸੇਵਾ ਅਤੇ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਹੈ, ਅਤੇ ਨਾਲ ਨਾਲ ਸਕਰੀਨ 'ਤੇ ਸੰਗਤਾਂ ਨੂੰ ਕੀਰਤਨ ਜਿਹੜਾ ਆ, ਇੱਥੇ ਸੇਵਾ ਕਰਦੀਆਂ ਸੰਗਤਾਂ ਨੇ ਆਪਣਾ ਕੀਰਤਨ ਵੀ ਇੱਥੇ ਉਹ ਸਰਵਣ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹਾਂ ਬੀਬੀਆਂ ਸਬਜ਼ੀ ਦੀ ਸੇਵਾ, ਪ੍ਰਸ਼ਾਦਿਆਂ ਸੇਵਾ ਇੱਥੇ ਕਰ ਰਹੀਆਂ ਨੇ। ਸਤ ਸੰਗਤ ਜੀ, ਤੁਸੀਂ ਦੇਖ ਸਕਦੇ ਹਾਂ ਕਿ ਸਾਰੀ ਸੇਵਾ ਜਿਹੜੀ ਆ ਇੱਥੇ ਲਿਆ ਕੇ ਰੱਖੀ ਜਾ ਰਹੀ ਆ ਲੰਗਰ ਦੇ ਵਿੱਚ ਯੂਜ ਕਰਨ ਵਾਸਤੇ, ਅਤੇ ਇੱਥੇ ਹੀ ਲੰਗਰ ਦੀ ਜਿਹੜਾ ਆ ਸਾਰੀ ਸੇਵਾ, ਇਸ ਕਿਚਨ ਦੇ ਵਿੱਚ ਲੰਗਰ ਦੀ ਸਾਰੀ ਸੇਵਾ ਮੈਨਚੈਸਟਰ ਸਮਾਗਮ 2024 ਦੇ ਵਿੱਚ ਚੱਲ ਰਹੀ ਹੈਗੀ ਆ। ਸਾਰੇ ਸੇਵਾਦਾਰ ਇੱਥੇ ਲੱਗੇ ਹੋਏ ਨੇ ਜੀ, ਅਤੇ ਤੁਸੀਂ ਦੇਖ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਤੁਮ ਹੋ
ਸਭ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੰਕ ਜੀ ਤੁਸੀਂ ਬੱਚਿਆਂ ਦੀ ਫੇਵਰੇਟ ਚੀਜ਼ ਜਿਹੜੀ ਆ ਉਹਦੀ ਸੇਵਾ ਕਰਦੇ ਚਿਪਸ ਨੂੰ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਵਾਲਿਆਂ ਦੇ ਸਾਰੇ ਖਾਂਦੇ ਨੇ ਸਾਰੇ ਖਾ ਸਕਦੇ ਹਾਂਜੀ ਸਾਰੇ ਖਾ ਸਕਦੇ ਨੇ ਹਾਂਜੀ ਇਹ ਸਾਰੇ ਵਾਸਤੇ ਹੁਣ ਹਾਂਜੀ ਤੇ ਸਵੇਰੇ ਕਿੰਨੇ ਵਜੇ ਤੋਂ ਤੁਸੀਂ ਲੱਗੇ ਆ ਅੰਕ ਜੀ ਅਸੀਂ ਆਏ ਆ 12:30 ਵਜੇ ਅੱਛਾ ਅੱਛਾ 12:30 ਤੋਂ ਬੈਠੇ ਆ ਹੁਣ ਤੱਕ ਬੈਠੇ ਆ ਅੱਛਾ ਅੱਛਾ ਤੇ 4 ਦਿਨ ਦਾ ਸਮਾਗਮ ਤੁਹਾਡੇ ਸ਼ਹਿਰ ਹੋ ਰਿਹਾ ਅੰਕ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੁਣ ਚਲੋ ਸਭ ਨੂੰ ਵਧਾਈ ਹੁੰਦੀ ਹਾਂਜੀ ਸਾਰਾ ਸਾਲ ਮੈਨਚੈਸਟਰ ਦੀ ਸੰਗਤ ਜਿਹੜੀ ਆ ਉਹ ਇੰਤਜ਼ਾਰ ਕਰਦੀ ਆ ਇਹਨਾਂ 4 ਦਿਨਾਂ ਦਾ ਹੈਨਾ ਗੁਰੂ ਮਹਾਰਾਜ ਕਰਦਾ ਕਿਰਪਾ ਸਭ ਗੁਰੂ ਦੀ ਬਖਸ਼ਿਸ਼ ਆ ਗੁਰੂ ਸੁਖ ਨ ਬਿਤਾਵੇ ਹਮ ਬੈਠੇ ਤੁਮ ਦੇਖੋ ਅਸੀਸਾ ਤੁਮ ਰਾਜਾ ਰਾਜਨ ਕੇ ਈਸਾ ਤੁਮ ਰਾਜਾ ਤੁਮ ਰਾਜਾ ਰਾਜਨ ਕੇ ਰਾਜਾ ਸਭਾ ਜੀ ਫਤਿਹ ਸਾਧ ਸੰਗਤ ਜੀ ਅਸੀਂ ਤੁਸੀਂ ਦੇਖ ਸਕਦੇ ਹਾਂ ਕਿ ਨੌਜਵਾਨਾਂ ਨੇ ਇੱਥੇ ਪਾਣੀ ਦੀ ਸੇਵਾ ਜਿਹੜੀ ਆ ਕਰ ਰਹੇ ਨੇ ਇੱਥੇ ਅਤੇ ਉੱਥੇ ਲੰਗਰ ਦੀ ਸੇਵਾ ਵੀ ਚੱਲ ਰਹੀ ਆ ਸਾਰਾ ਲੰਗਰ ਹਾਲ ਜਿਹੜਾ ਆ ਭਰਿਆ ਹੋਇਆ ਇਸ ਵੇਲੇ ਅਤੇ ਪਿੱਛੇ ਸਕਰੀਨ 'ਤੇ ਕੀਰਤਨ ਵੀ ਹੋ ਰਿਹਾ ਆ ਇਹ ਨਜ਼ਾਰਾ ਹੈਗਾ ਸੋਧਰ ਦੇ ਰਹਿ ਰਾਸ ਦੇ ਪਾਠ ਤੋਂ ਬਾਅਦ ਇਹ ਲੰਗਰ ਇੱਥੇ ਜਿਹੜਾ ਆ ਇਸ ਵੇਲੇ ਚੱਲ ਰਿਹਾ ਆਓ ਜਾਣਦੇ ਹਾਂ ਨੌਜਵਾਨਾਂ ਦੇ ਵਿਊਜ਼ ਵੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ Manchester Samagam, an yearly event that everybody here in the city looks forward to. It's the first time in Heaton Park. ਮੈਂ ਤਾਂ ਸੰਗਤਾਂ ਨੂੰ ਕਹਿੰਦੀ ਹਾਂ ਕਿ ਪਾਰਕ ਦੇ ਭਾਗ ਹੀ ਖੁੱਲ੍ਹ ਗਏ ਕਿ ਕਦੇ ਸੋਚਿਆ ਨਹੀਂ ਹੋਣਾ ਇਸ ਧਰਤੀ ਨੇ ਕਿ ਮਹਾਰਾਜ ਦੀ ਵੀ ਇੱਥੇ ਪੈਰ ਪੈਣਗੇ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸੱਚ ਕਹਿੰਦੇ ਹੋ ਤੁਸੀਂ ਤੁਸੀਂ ਪਾਣੀ ਦੀ ਸੇਵਾ ਇੱਥੇ ਕਰ ਰਹੇ ਹੈਗੇ ਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਸਟਾਲ ਇੱਥੇ ਲੱਗਿਆ ਤੇ ਕਿੱਦਾਂ ਤੁਸੀਂ ਸੋਚਿਆ ਕਿ ਅਸੀਂ ਪਾਣੀ ਦੀ ਸੇਵਾ ਜਿਹੜੀ ਆ ਨਿਭਾਉਣੀ ਹੈਗੀ ਆ ਸਮਾਗਮਾਂ ਦੇ ਵਿੱਚ ਬਿਲਕੁਲ ਜੀ ਸਾਧ ਸੰਗਤ ਜੀ ਆਏ ਨੇ ਇਸ ਵਾਸਤੇ ਦੂਰੋਂ ਦੂਰੋਂ ਸਾਧ ਸੰਗਤ ਜੀ ਚੱਲ ਕੇ ਆਏ ਨੇ ਅਸੀਂ ਪਾਣੀ ਦੀ ਸੇਵਾ ਕਰਦੇ ਹਾਂ ਜੀ ਤਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਸਾਧ ਸੰਗਤ ਜੀ ਇਸ ਵੇਲੇ ਮੇਰੇ ਨਾਲ ਮੈਨਚੈਸਟਰ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਧਾਨ ਪ੍ਰਕਾਸ਼ ਸਿੰਘ ਜੀ ਮੌਜੂਦ ਨੇ ਜਿਹੜੇ ਕਿ ਸੰਗਤਾਂ ਦੇ ਨਾਲ ਇੱਥੇ ਮੈਨਚੈਸਟਰ ਦੇ ਵਿੱਚ ਪ੍ਰਚਾਰ ਅਤੇ ਇੱਦਾਂ ਦੇ ਉਪਰਾਲੇ ਕਰਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਹੈਗਾ ਆ ਅਤੇ ਸਿੱਖ ਚੱਲ ਨੂੰ ਵੀ ਕਾਫੀ ਲੰਬੇ ਟਾਈਮ ਤੋਂ ਸਪੋਰਟ ਇਹਨਾਂ ਦੀ ਰਹੀ ਹੈਗੀ ਆ ਅਸੀਂ ਕਿੰਨੇ ਪ੍ਰੋਗਰਾਮ ਜਦੋਂ ਜਾਂਦੇ ਹਾਂ ਕਵਰ ਕਰਨ ਵਾਸਤੇ ਇੱਦਾਂ ਲੱਗਦਾ ਕਿ ਪਰਿਵਾਰ ਦੇ ਵਿੱਚ ਆਏ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਇੱਥੇ ਅਸੀਂ ਸਮਾਗਮਾਂ ਦੇ ਵਿੱਚ ਜਦੋਂ ਅੱਜ ਆਏ ਹਾਂ 5 ਪਿਆਰੇ ਅਨੰਦਪੁਰ ਸਾਹਿਬ ਤੋਂ ਅਤੇ ਸਿੰਘ ਸਾਹਿਬਾਨ ਜਿਹੜੇ ਨੇ ਜਥੇਦਾਰ ਸ਼੍ਰੀ ਰਘਬੀਰ ਸਿੰਘ ਜੀ ਅਕਾਲ ਤਖਤ ਤੋਂ ਮਤਲਬ
ਇੰਨੀ ਮਹਾਨ ਹਸਤੀਆਂ ਨੇ ਇੱਥੇ ਅੱਜ ਆਪਣਾ ਪੈਰ ਪਾਇਆ, ਇੰਨੀ ਸੰਗਤ ਆਈ ਹੋਈ ਹੈ। ਮੈਂ ਹੁਣੇ ਦੱਸ ਰਹੀ ਸੀ ਸਾਧ ਸੰਗਤ ਨੂੰ ਕਿ ਦੂਸਰੀ ਕਮਿਊਨਿਟੀਆਂ ਦੇ ਵੀ ਕਾਫੀ ਲੋਕ ਜਿਹੜੇ ਆ ਇੱਥੇ ਆ ਰਹੇ ਨੇ ਇਸ ਪਾਰਕ ਨੂੰ, ਇਸ ਸ਼ਹਿਰ ਨੂੰ ਅੱਜ ਜਿੱਦਾਂ ਕਹਿ ਸਕਦੇ ਕਿ ਭਾਗ ਹੀ ਲੱਗ ਗਏ। ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਜੀ ਦੀਆਂ ਸੰਗਤਾਂ ਜਿਹੜੀਆਂ ਆਪ ਜੀ ਦਾ ਪ੍ਰੋਗਰਾਮ ਸਿੱਖ ਚੈਨਲ ਦੇਖ ਰਹੀਆਂ ਹਨ, ਉਹਨਾਂ ਨੂੰ ਲੱਖ ਲੱਖ ਵਧਾਈਆਂ ਜੋ ਕਿ ਅੱਜ ਮਾਨਚੈਸ ਵਿੱਚ ਬੜੇ ਭਾਰੀ ਸਮਾਗਮ ਕੱਲ੍ਹ ਤੋਂ ਸ਼ੁਰੂ ਹੋਏ ਹਨ। ਅੱਜ ਦੂਜਾ ਦਿਨ ਹੈ ਸਾਧ ਸੰਗਤ ਜੀਓ, ਆਪ ਜੀ ਦੇਖ ਰਹੇ ਹੋ ਬੜੀ ਸੰਗਤ ਪਹੁੰਚੀ ਹੋਈ ਹੈ। ਮਾਨਚੈਸਟਰ ਇੱਕ ਬੜਾ ਲੱਕੀ ਸ਼ਹਿਰ ਹੈ ਜੋ ਕਿ ਮੈਂ ਆਪ ਸਮਝਣਾ ਵਾ, ਮੇਰਾ ਇੱਥੇ ਜੰਮ ਪਲ ਹੈ ਅਤੇ ਇੱਥੇ ਨਾ ਗੁਰੂ ਮਾਰ ਦੀ ਬੜੀ ਕਿਰਪਾ ਹੈਗੀ ਹੈ। ਵੇਖੋ ਜੀ, ਮਹਾਨ ਹਸਤੀਆਂ ਅੰਮ੍ਰਿਤਸਰ ਤੋਂ ਸ਼੍ਰੀ ਕੇਸਗੜ੍ਹ ਤੋਂ ਸਿੰਘ ਸਾਹਿਬ ਰਘਬੀਰ ਸਿੰਘ ਜੀ ਵੀ ਪਹੁੰਚ ਚੁੱਕੇ ਹਨ। ਜਿਹੜੀ ਇੱਥੇ ਦੀਆਂ ਸੰਗਤਾਂ ਨੇ ਬੜੀਆਂ ਪਿਆਰ ਵਾਲੀਆਂ ਨੇ, ਉਹਨਾਂ ਨੇ ਸਿੰਘ ਸਾਹਿਬਾਂ ਨੂੰ ਮੰਗਾਇਆ ਵੇ ਇੱਥੇ ਸਪੈਸ਼ਲ ਇਨਵਾਈਟ ਕੀਤਾ ਵੇ, ਉਹਨਾਂ ਨੇ ਸਾਡੀ ਇਨਵੀਟੇਸ਼ਨ ਰਿਸੈਪਟ ਕਰਕੇ ਪਹੁੰਚੇ ਹਨ। ਅਤੇ ਵੇਖੋ ਅੱਜ ਕਿੰਨੀਆਂ ਰੌਣਕਾਂ ਲੱਗੀਆਂ, ਸੰਗਤਾਂ ਫੋਟੋ ਖਿਚਾਰੀਆਂ ਨੇ ਸਿੰਘ ਸਾਹਿਬਾਂ ਨਾਲ। ਜਦੋਂ ਅਸੀਂ ਇੰਡੀਆ ਜਾਂਦੇ ਅਸੀਂ ਉਹਨਾਂ ਦੇ ਨੇੜੇ ਨਹੀਂ ਜਾ ਸਕਦੇ, ਇੱਥੇ ਸਾਡੇ ਵਿੱਚ ਉਹ ਘੁੰਮਦੇ ਫਿਰਦੇ ਪੈਂਦੇ। ਇੰਨੀਆਂ ਮਹਾਨ ਹਸਤੀਆਂ ਜਿਹੜੀਆਂ ਦਰਬਾਰ ਸਾਹਿਬ ਵਿੱਚ ਰੋਜ਼ਾਨਾ ਸੰਗਤਾਂ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਸਵੇਰੇ ਅੰਮ੍ਰਿਤ ਵੇਲੇ ਜੋੜਦੀਆਂ ਨੇ, ਉਹ ਅੱਜ ਸਾਡੇ ਨਾਲ ਮੌਜੂਦ ਨੇ। ਜੀ ਬਿਲਕੁਲ ਬਿਲਕੁਲ, ਇਹੀ ਮੈਂ ਸੋਚ ਰਹੀ ਸੀਗੀ ਕਿ ਇੱਥੇ ਅਸੀਂ ਇੰਨੇ ਨੇੜੇ ਹੋ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ, ਅਸੀਸਾਂ ਲੈ ਸਕਦੇ ਹਾਂ, ਕਿਉਂਕਿ ਇਹਨਾਂ ਮਹਾਨ ਹਸਤੀਆਂ ਦੀ ਇੱਕ ਅਸੀਸ ਜਿਹੜੀ ਹੁੰਦੀ ਆ ਉਹ ਫਿਰ ਸਪੈਸ਼ਲ ਮਹਿਸੂਸ ਹੁੰਦਾ ਆ ਕਿ ਇੰਨੀ ਨੇੜੇ ਜਾ ਕੇ ਉਹ ਸਾਨੂੰ ਆਸ਼ੀਰਵਾਦ ਦੇ ਰਹੇ ਨੇ, ਅਸੀਸ ਦੇ ਰਹੇ ਨੇ। ਇੱਦਾਂ ਦੀ ਰੂਹਾਂ ਜਿਹੜੇ ਕਿ ਦਰਬਾਰ ਸਾਹਿਬ ਦੇ ਵਿੱਚ ਅੰਦਰ ਉਹਨਾਂ ਦੇ ਰੋਜ਼ ਇੰਨੀ ਨੇੜੇ ਤੋਂ ਦਰਸ਼ਨ ਹੁੰਦੇ ਨੇ, ਉਹਨਾਂ ਦੇ ਜੇ ਅਸੀਂ ਹੱਥ ਵੀ ਲਾ ਲਈਏ ਤਾਂ ਮਤਲਬ ਸਾਡਾ ਦਰਸ਼ਨ ਦਰਬਾਰ ਸਾਹਿਬ ਆਪ ਹੋ ਗਏ। ਅਤੇ ਪ੍ਰਕਾਸ਼ ਸਿੰਘ ਜੀ, ਅਪਾਰਟ ਫਰੋਮ ਦ ਸਮਾਗਮ, Manchester as a city also needs a lot of other prale to keep the community together, have more opportunities for them to come together in such samagams and prale. So of course once a year the samagam takes place, but are there any other programs lined up for the rest of the year? Sasangi ji, all the time asina kuch na kuch sochde ne, jinne vi vadde guru purab ne sare guru ghara vich manaye jande ne, piche guru nanak dev ji gurudwara sahib ji di 70th ਸਾਲਾਨਾ ਐਨੀਵਰਸਰੀ ਹੋਈ ਹੈ, ਉੱਥੇ ਵੀ ਮੇਰੇ ਖਿਲਾਫ ਜੀ ਪਹੁੰਚੇ। ਸੋ ਬੜੀ ਧੂਮਧਾਮ ਨਾਲ ਮਾਨਚੈਸਟਰ ਵਿੱਚ ਪ੍ਰੋਗਰਾਮ ਮਨਾਇਆ ਗਿਆ ਸੀ। ਜੋ ਵੀ ਇੱਥੇ ਇਤਿਹਾਸੀ ਦਿਨ ਤਿਆਰ ਹੁੰਦੇ ਹਨ, 5 ਗੁਰਦੁਆਰੇ ਉਹਨਾਂ ਦਾ ਇਕੱਠ ਹੋਣ ਕਰਕੇ ਇਕੱਠੇ ਸਾਰੇ ਮਿਲ ਕੇ ਪ੍ਰੋਗਰਾਮ ਉਲੀਕਦੇ ਹਨ, ਪ੍ਰੋਗਰਾਮ ਬਣਦੇ ਹਨ। ਹੁਣ ਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਆਉਣਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਵੀ ਆਉਣਾ ਹੈ। ਹਰ ਗੁਰਦੁਆਰੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਹੋਣਗੇ, ਬੜੀਆਂ ਬੜੀਆਂ ਸੇਵਾ ਹੋਣਗੀਆਂ। ਸੋ ਮਾਨਚੈਸਟਰ 'ਤੇ ਬੜੀ ਕਿਰਪਾ ਕੀ ਹੈ ਜਿਹੜੀ ਸਿੱਖ ਸੰਗਤ ਦੇ ਭਾਗਾਂ ਵਾਲੀ ਹੈ, ਜੋ ਕਿ ਹਰ ਗੁਰੂ ਦਾ ਤਿਉਹਾਰ ਬੜੀਆਂ ਸ਼ਰਧਾ ਭਾਵਨਾ ਨਾਲ ਮਨਾਉਂਦੀ ਹੈ। ਜੀ ਜੀ ਬਿਲਕੁਲ, ਫਿਰ ਅਸੀਂ ਤੁਸੀਂ ਸਿੱਖ ਚੈਨਲ ਦੇ ਰਾਹੀਂ ਦੇਖਿਓ ਕਿ ਮੈਨਚੈਸਟਰ ਦੀ ਸੰਗਤ ਇਹ ਸਾਰੇ ਜਿਹੜੇ ਕਿ ਦਿਹਾੜੇ ਆਉਣ ਲੱਗੇ ਆ ਉਹ ਕਿੱਦਾਂ ਮਨਾਉਂਦੀ ਹੈਗੀ ਆ। ਤੁਹਾਨੂੰ ਸਾਰਿਆਂ ਨੂੰ ਫਿਰ ਅਸੀਂ ਦਰਸ਼ਨ ਜਿਹੜੇ ਆ ਕਰਾਉਂਦੇ ਰਹੋਗੇ। ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਚਾਰੋ ਹੀ ਦਿਨ ਸਾਰੀ ਸੰਗਤਾਂ ਨੇ ਆ ਕੇ ਗੁਰੂ ਦੇ ਲੰਗਰ ਛਕਿਆ ਹੈਗਾ ਆ, ਅਤੇ ਅਸੀਂ ਦੇਖ ਹੀ ਰਹੇ ਸੀਗੇ ਬਾਹਰ ਕਿ ਕਈ ਸਮਾਗਮਾਂ ਤੋਂ ਵੱਖ ਇੱਕ ਗੱਲ ਇੱਥੇ ਹੈਗੀ ਆ ਮੈਨਚੈਸਟਰ ਸਮਾਗਮ ਦੀ, ਕਿ ਇੱਥੇ ਕਾਫੀ ਜਿਹੜੇ ਆ ਦੂਸਰੀ ਕਮਿਊਨਿਟੀ ਦੇ ਲੋਕਾਂ ਨੇ ਵੀ ਹਾਜ਼ਰੀ ਪਾਈ ਆ, ਕਿਉਂਕਿ ਅਸੀਂ ਦੇਖਦੇ ਰਹੇ ਹਾਂ ਸਵੇਰ ਤੋਂ ਸ਼ਾਮ ਤੱਕ
ਕਿ ਇੰਨੇ ਜਿੱਦਾਂ ਕਹਿ ਸਕਦੇ ਆਪਾਂ ਇੰਨੇ ਗੋਰੇ ਇੱਥੇ ਆਏ ਹੈ ਨਾ ਆਪਣੇ ਪਰਿਵਾਰ ਸਮੇਤ, ਅਤੇ ਉਹਨਾਂ ਨੂੰ ਜਿੱਦਾਂ ਹੀ ਉਹਨਾਂ ਨੇ ਅੰਦਰ ਆਉਣਾ ਕੋਈ ਨਾ ਕੋਈ ਪ੍ਰਚਾਰਕ ਜਿਹੜਾ ਆ ਉਹਨਾਂ ਦਾ ਉੱਥੇ ਜਿਹੜਾ ਕਹਿ ਸਕਦੇ ਕਿ ਉਹਨਾਂ ਨੂੰ ਐਂਟਰੀ 'ਤੇ ਮਿਲਦਾ ਆ, ਉਹਨਾਂ ਨੂੰ ਸਾਰਾ ਦੱਸੀਦਾ ਇੰਸਟਰਕਸ਼ਨ ਜਿੱਦਾਂ ਕਿ ਤੁਸੀਂ ਸ਼ੂ ਲਾਉਣੇ ਹੈਗੇ ਆ, ਆਪਣਾ ਸਿਰ ਢੱਕਣਾ ਹੈਗਾ ਆ, ਅਤੇ ਇੱਥੇ ਤੁਸੀਂ ਅੰਦਰ ਜਾਓਗੇ ਤਾਂ ਤੁਸੀਂ ਮਹਾਰਾਜ ਦੇ ਦਰਸ਼ਨ ਕਰ ਸਕਦੇ ਹਾਂ, ਇੱਥੇ ਅਸੀਂ ਕੀ ਮਨਾ ਰਹੇ ਹੈਗੇ ਹਾਂ। ਜਦੋਂ ਇਹ ਜਿਹੜਾ ਹਾਲ ਹੈ ਇੱਥੇ ਫੂਡ ਮਿਲਦਾ ਆ ਜਿਹਨੂੰ ਆਪਾਂ ਲੰਗਰ ਕਹਿੰਦੇ ਹਾਂ, ਲੰਗਰ ਦੀ ਮਹੱਤਤਾ ਕੀ ਹੁੰਦੀ ਆ, ਇਹ ਸਾਰੀ ਜਿਹੜੀ ਇਨਫੋਰਮੇਸ਼ਨ ਆ ਇਹ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਵੀ ਦਿੱਤੀ ਜਾ ਰਹੀ ਆ। ਐਂਡ ਮੈਂ ਜਦੋਂ ਇਹ ਤੁਹਾਨੂੰ ਕਹਿ ਰਹੀ ਹਾਂ ਕਿ ਥੋੜ੍ਹੇ ਜਿੱਦਾਂ ਗੋਰਿਆਂ ਨੇ ਹਾਜ਼ਰੀ ਪਾਈ, ਤਾਂ ਇਕੱਲਾ ਚਾਰ ਪੰਜ ਗੋਰੇ ਨਹੀਂ ਸਾਧ ਸੰਗਤ ਜੀ, ਅਸੀਂ ਜਿੱਦਾਂ ਸਵੇਰ ਦੇ ਦੇਖ ਰਹੇ ਹਾਂ ਇੱਥੇ ਕਿ ਐਟਲੀਸਟ ਮੇਰੀ ਨਜ਼ਰਾਂ ਦੇ ਸਾਹਮਣੇ ਮੈਂ ਦੇਖੇ ਹੋਣੇ ਆ ਕਿ 100-200 ਤਾਂ ਮੈਂ ਅਸੀਂ ਦੇਖ ਲਏ, ਅਤੇ ਇੱਕ ਇੱਕ ਨੂੰ ਆ ਕੇ ਜਿਹੜੀ ਆ ਇੰਗਲਿਸ਼ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਆ ਇੰਗਲਿਸ਼ ਦੇ ਵਿੱਚ ਪ੍ਰਚਾਰ ਜਿਹੜਾ ਆ ਇੱਥੇ ਮੈਨਚੈਸਟਰ ਸਮਾਗਮ ਦੇ ਸੇਵਾਦਾਰ ਵੱਲੋਂ ਕੀਤਾ ਜਾ ਰਿਹਾ ਸੀਗਾ। ਅਤੇ ਜਦੋਂ ਬਾਹਰ ਵੀ ਜਾ ਰਹੇ ਹੁੰਦੇ ਨੇ ਆਪਣੇ ਸ਼ੂ ਜਦੋਂ ਕਲੈਕਟ ਕਰਦੇ ਨੇ ਆਪਣਾ ਰੁਮਾਲ ਜਦੋਂ ਵਾਪਸ ਸਬਮਿਟ ਕਰਦੇ, ਉਦੋਂ ਵੀ ਉਹਨਾਂ ਨੂੰ ਜਿਹੜਾ ਆ ਪੁੱਛਿਆ ਜਾਂਦਾ ਕਿ ਡਿਡ ਯੂ ਇੰਜੋਏ, ਤੁਸੀਂ ਸਾਰਾ ਦੇਖਿਆ, ਤੁਸੀਂ ਫੂਡ ਲਿੱਤਾ ਕਿ ਨਹੀਂ ਲਿੱਤਾ। ਅਤੇ ਫਿਰ ਉਹਨਾਂ ਨੂੰ ਥੋੜ੍ਹੀ ਇਨਫੋਰਮੇਸ਼ਨ, ਇੱਕ ਬਰੋਸ਼ਰ ਵੀ ਆ ਉਹ ਵੀ ਮੈਂ ਤੁਹਾਨੂੰ ਦਿਖਾਊਂਗੀ ਕਿ ਇੰਗਲਿਸ਼ ਦਾ ਇੱਕ ਬਰੋਸ਼ਰ ਜਿਹੜਾ ਆ ਜਿੱਥੇ ਕਿ ਫੈਕਟਸ ਅਬਾਊਟ ਸਿੱਖੀ ਲਿਖੇ ਹੋਏ ਨੇ, ਇੰਗਲਿਸ਼ ਦੇ ਵਿੱਚ ਕਾਫੀ ਇਨਫੋਰਮੇਸ਼ਨ ਜਿਹੜੀ ਆ ਲਿਖੀ ਆ ਉਹ ਉਹਨਾਂ ਨੂੰ ਦਿੱਤੀ ਵੀ ਜਾਂਦੀ ਆ ਤਾਂ ਕਿ ਘਰ ਜਾਣ ਤੋਂ ਬਾਅਦ ਵੀ ਉਹ ਇਹ ਇਨਫੋਰਮੇਸ਼ਨ ਨੂੰ ਪੜ੍ਹ ਸਕਣ, ਉਹਨਾਂ ਨੂੰ ਪਤਾ ਲੱਗੇ ਕਿ ਅੱਜ ਉਹ ਇੱਕ ਸਿੱਖ ਅਸਥਾਨ ਉਹਨਾਂ ਦੇ ਇੱਕ ਪ੍ਰੋਗਰਾਮ ਤੋਂ ਵਾਪਸ ਆ ਰਹੇ ਨੇ, ਕੌਣ ਹੁੰਦੇ ਨੇ ਸਿੱਖ, ਉਹਨਾਂ ਦੀ ਕੀ ਆਈਡੀਓਲੋਜੀ ਹੈਗੀ ਆ। ਅਤੇ ਇੱਦਾਂ ਦਾ ਇੱਕ ਛੋਟਾ ਜਿਹਾ ਬਰੋਸ਼ਰ ਇਨਫੋਰਮੇਸ਼ਨ ਦੇ ਨਾਲ ਤਿਆਰ ਕੀਤਾ ਗਿਆ ਜਿਹੜਾ ਕਿ ਉਹਨਾਂ ਨੂੰ ਦਿੱਤਾ ਜਾਂਦਾ ਆ। ਅਤੇ ਹੋਰ ਵੀ ਮੈਂ ਦੇਖ ਰਹੀ ਸੀਗੀ ਕਿ ਸਾਡੇ ਮੁਸਲਮਾਨ ਭਰਾ ਵੀ ਅੱਜ ਜਿਹੜਾ ਹਾਜ਼ਰੀ ਪਾ ਰਹੇ ਸੀਗੇ, ਅਤੇ ਉਹਨਾਂ ਨੂੰ ਵੀ ਜਦੋਂ ਐਂਟਰੀ ਲੈਂਦੇ ਆ ਅਤੇ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਫਤਿਹ ਬੁਲਾਏ, ਅਤੇ ਨਾਲ ਉਹ ਇੱਥੇ ਬਹਿ ਕੇ ਲੰਗਰ ਉਦੋਂ ਛੱਕ ਰਹੇ ਸੀਗੇ। ਗੁਰੂ ਗੋਬਿੰਦ ਸਿੰਘ ਜਾਣੋ ਦਿਲ ਦਾ ਰਾਹ, ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ, ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ, ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ ਸਾਧ ਸੰਗਤ ਜੀ, ਬਹੁਤ ਬਹੁਤ ਵਧਾਈ ਹੋਵੇ ਸਮਾਗਮ ਦੀ ਸਭ ਨੂੰ। ਕੀਰਤਨ ਹੋ ਰਿਹਾ ਹੈ, ਲਗਾਤਾਰ ਕੀਰਤਨ ਹੋ ਰਿਹਾ ਹੈ ਅੰਦਰ ਜਾ ਕੇ ਸੰਗਤ ਦਾ। ਸੰਗਤ ਦੀ ਯਾਦ ਜੋੜ ਕੇ ਬੇਨਤੀ ਹੈ ਕਿ ਜਿਹਨੇ ਲੰਗਰ ਪਜਾ ਛੱਕੇ ਅੰਦਰ ਜਾ ਕੇ ਬੈਠੇ, ਦੀਵਾਨ ਹਾਲੇ ਕੀਰਤਨ ਦਾ ਮਾਣ ਲਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।